जेठ मीते स्याल विच वामदी निकतक मां विच मनाऊं अनेरियां रोना व्या विच गावना विच स्यापे सतर मजलसां करन मंदेरियां। हुणे तुसी जिस अजीम फनकार दी आवाज सुन रहे सो ए सन रेडियो पाकिस्तान दा मान जमहूर दी आवाज दी जान मिर्जा सुल्तान बेग अल मारूफ निजामदीन। रेडियो ते निजामदीन एक दूजे दी पहचान ने। 15 जनवरी 1917 नूं ਉਹ ਭਾਗਾਂ ਭਰਿਆ ਦਿਨ ਚੜ੍ਹਿਆ ਜਿਸ ਦਿਨ ਅੰਮ੍ਰਿਤਸਰ ਦੇ ਇਲਾਕੇ ਪਿੰਡ ਮੋਦੇ ਵਿੱਚ ਜ਼ੈਲਦਾਰ ਹੋਰਾਂ ਦੇ ਘਰ ਉਸ ਬਖਤਾਂ ਵਾਲੇ ਜੀ ਨੇ ਅੱਖ ਖੋਲ੍ਹੀ ਜਿਹਨੇ ਅੱਗੇ ਜਾ ਕੇ ਜ਼ਮਾਨੇ ਦੀਆਂ ਅੱਖਾਂ ਖੋਲ੍ਹਣੀਆਂ ਸਨ। ਮਾਪਿਆਂ ਉਹਦਾ ਨਾਂ ਸੁਲਤਾਨ ਬੇਗ ਰੱਖਿਆ ਪਰ ਉਹਨੂੰ ਸ਼ੋਹਰਤ ਨਿਜ਼ਾਮਦੀਨ ਦੇ ਨਾਂ 'ਤੇ ਮਿਲੀ। ਸੁਲਤਾਨ ਬੇਗ ਨੇ ਮੈਟ੍ਰਿਕ ਅਟਾਰੀ ਸਕੂਲ ਤੋਂ ਕੀਤਾ ਅਤੇ ਅੰਮ੍ਰਿਤਸਰ ਖਾਲਸਾ ਕਾਲਜ ਤੋਂ ਤਾਲੀਮ ਮੁਕੰਮਲ ਕੀਤੀ। ਦਿੱਲੀ ਚਲੇ ਗਏ, ਉੱਥੇ ਰਿਆਸਤ ਅਖਬਾਰ ਵਿੱਚ ਨੌਕਰੀ ਕਰ ਲਈ। ਸਨ 39 ਵਿੱਚ ਲਾਮ ਲੱਗੀ ਤੇ ਬੰਦਿਆਂ ਦੀ ਲੋੜ ਵੱਧ ਗਈ। ਇੰਜ ਉਹ ਫੌਜ ਵਿੱਚ ਸਟੋਰ ਮੁਨਸ਼ੀ ਭਰਤੀ ਹੋ ਗਏ। ਜੰਗ ਮੁੱਕੀ ਤੇ ਉਹ ਮਹਿਕਮਾ ਰਾਸ਼ਨਿੰਗ ਵਿੱਚ ਮੁਲਾਜ਼ਮ ਹੋ ਗਏ। ਓਮ ਪ੍ਰਕਾਸ਼ ਰੇਡੀਓ ਦੇ ਸਦਾਕਾਰ ਸਨ। ਉਹਨਾਂ ਮਸ਼ਹੂਰ ਕਹਾਣੀਕਾਰ ਸ਼ੇਖ ਇਕਬਾਲ ਦੇ ਡਰਾਮੇ ਨੀਅਤ ਦਾ ਫਲ ਵਿੱਚ ਇੱਕ ਨਵੀਂ ਆਵਾਜ਼ ਮੁਤਾਰਫ ਕਰਵਾਈ। ਇਸ ਡਰਾਮੇ ਵਿੱਚ ਸੁਲਤਾਨ ਬੇਗ ਨੇ ਥਾਣੇਦਾਰ ਦਾ ਰੋਲ ਕੀਤਾ ਜਿੱਥੋਂ ਉਹਨਾਂ ਦੀ ਨੀਅਤ ਨੂੰ ਚੰਗਾ ਫਲ ਲੱਗਾ। ਓਮ ਪ੍ਰਕਾਸ਼ ਨੇ ਦੱਸਿਆ ਕਿ ਸੁਲਤਾਨ ਬੇਗ, ਦਿਹਾਤੀ ਪ੍ਰੋਗਰਾਮ ਵਿੱਚ ਬੰਦਿਆਂ ਦੀ ਲੋੜ ਹੈ, ਤੂੰ ਸਟੇਸ਼ਨ ਡਾਇਰੈਕਟਰ ਨੂੰ ਮਿਲ। ਉਹ ਰੇਡੀਓ ਸਟੇਸ਼ਨ ਅਪੜੇ, ਜੇ ਕੇ ਮਹਿਰਾ ਸਟੇਸ਼ਨ ਡਾਇਰੈਕਟਰ ਸਨ। ਇਹ ਸਿੱਧੇ ਉਹਨਾਂ ਦੇ ਕਮਰੇ ਵਿੱਚ ਗਏ, ਪੰਜਾਂ ਦਾ ਨੋਟ ਕੱਢ ਕੇ ਕਹਿਣ ਲੱਗੇ, ਜੰਮੂ ਕਸ਼ਮੀਰ ਦਾ ਟਿਕਟ ਇੱਥੋਂ ਹੀ ਮਿਲੇਗਾ। ਉਹਨਾਂ ਆਖਿਆ, ਓਏ ਮੁੰਡਿਆ, ਇਹ ਬੱਸਾਂ ਦਾ ਅੱਡਾ ਨਹੀਂ। ਤੇ ਸੁਲਤਾਨ ਬੇਗ ਹੋਰਾਂ ਆਖਿਆ, ਬਾਹਰ ਲਿਖਿਆ ਹੋਇਆ ਜੇ ਐਂਡ ਕੇ, ਯਾਨੀ ਕਿ ਜੰਮੂ ਐਂਡ ਕਸ਼ਮੀਰ। ਜੇ ਕੇ ਮੇਰਾ ਵੇਖਿਆ ਪਈ ਮੁੰਡੇ ਵਿੱਚ ਗੁਣ ਹੈ ਨੇ, ਕਹਿਣ ਲੱਗੇ, ਬਈ ਤੂੰ ਕੀ ਕੰਮ ਕਰਨਾ ਹੈ? ਉਹਨਾਂ ਦੱਸਿਆ ਕਿ ਮੈਂ ਮਹਿਕਮਾ ਰਾਸ਼ਨਿੰਗ ਵਿੱਚ ਮੁਲਾਜ਼ਮ ਹਾਂ। ਉਹਨਾਂ ਆਖਿਆ, ਤੈਨੂੰ 2.5 ਰੁਪਏ ਦਿਹਾੜੀ ਦੇ ਹਿਸਾਬ ਨਾਲ 75 ਰੁਪਏ ਮਹੀਨਾ ਮਿਲੇਗਾ, ਪਰ ਪੂਰੇ 4 ਵਜੇ ਆਉਣਾ ਪਏਗਾ। ਸੁਲਤਾਨ ਬੇਗ ਹੋਰਾਂ ਆਖਿਆ, ਮੈਂ ਕੋਈ ਕਮੇਟੀ ਦਾ ਨਲਕਾ, ਕਿਸੇ ਵੇਲੇ ਬੰਦਾ ਲੇਟ ਵੀ ਹੋ ਜਾਂਦਾ ਹੈ। ਉਹ ਹੱਸ ਪਏ, ਕਹਿਣ ਲੱਗੇ, ਚੱਲ ਠੀਕ ਹੈ, ਕੱਲ੍ਹ ਆ ਜਾਈਂ। ਤੁਫੈਲ ਫਾਰੂਕੀ ਫਤਿਹਦੀਨ ਅਤੇ ਓਮ ਪ੍ਰਕਾਸ਼ ਰਾਮਦਾਸ ਦੇ ਨਾਂ ਤੋਂ ਦਿਹਾਤੀ ਪ੍ਰੋਗਰਾਮ ਕਰਦੇ ਸਨ। ਸੁਲਤਾਨ ਬੇਗ ਹੋਰਾਂ ਖੈਰਾਤੀ ਲਾਲ, ਪਿਆਰੇ ਲਾਲ ਸੂਦ, ਰਹੀਮ ਬਖਸ਼ ਅਤੇ ਲਤੀਫ ਮੁਸਾਫਿਰ ਹੋਰਾਂ ਨਾਲ ਕੰਮ ਸ਼ੁਰੂ ਕਰ ਦਿੱਤਾ। ਉਹਨਾਂ ਇਹਨਾਂ ਦਾ ਨਾਮ ਨਿਜ਼ਾਮਦੀਨ ਰੱਖ ਦਿੱਤਾ। ਇੰਜ ਮਿਰਜ਼ਾ ਸੁਲਤਾਨ ਬੇਗ ਆਉਣ ਵਾਲੇ ਵਕਤਾਂ ਵਿੱਚ ਨਿਜ਼ਾਮਦੀਨ ਦੇ ਨਾਂ ਨਾਲ ਸ਼ੋਹਰਤ ਦੀਆਂ ਉਚਾਈਆਂ 'ਤੇ ਇੱਕ ਰੋਸ਼ਨ ਸਿਤਾਰੇ ਵਾਂਗ ਜਗਮਗਾਵਣ ਲੱਗ ਪਏ। ਉਹਨਾਂ ਦਾ ਕਿਰਦਾਰ ਉਹਨਾਂ ਦੀ ਸ਼ਖਸੀਅਤ 'ਤੇ ਅਜਿਹਾ ਗਾਲਿਬ ਆਇਆ ਕਿ ਮਿਰਜ਼ਾ ਸੁਲਤਾਨ ਬੇਗ ਕਿਤੇ ਦੂਰ ਪਿੱਛੇ ਰਹਿ ਗਿਆ ਅਤੇ ਨਿਜ਼ਾਮਦੀਨ ਲੋਕਾਈ ਦੇ ਦਿਲਾਂ ਦੀਆਂ ਧੜਕਣਾਂ ਵਿੱਚ ਵਾਸਾ ਕਰ ਗਿਆ। ਨਿਜ਼ਾਮਦੀਨ ਪੰਜਾਬ ਦਾ ਜਿਉਂਦਾ ਜਾਗਦਾ, ਚੱਲਦਾ ਫਿਰਦਾ ਇਨਸਾਈਕਲੋਪੀਡੀਆ ਸਨ। ਗੱਲ ਪੰਜਾਬ ਦੀ ਤਾਰੀਖ ਦੀ ਹੋਵੇ ਅਤੇ ਉਹਨਾਂ ਤੋਂ ਵੱਧ ਪੰਜਾਬ ਦਾ ਜਾਣੂ ਕੌਣ ਹੋਵੇਗਾ? ਪੰਜਾਬ ਦਾ ਕਿਹੜਾ ਸ਼ਹਿਰ ਅਤੇ ਪਿੰਡ ਗ੍ਰਾਂ ਹੈ ਜਿਹੜਾ ਉਹਨਾਂ ਦੇ ਇਲਮ ਵਿੱਚ ਨਾ ਹੋਵੇ? ਕਸ਼ਮੀਰ ਤੋਂ ਚਾਚੜ ਸ਼ਰੀਫ ਤੱਕ ਅਤੇ ਪੰਜਾਬ ਦਾ ਚੱਪਾ ਚੱਪਾ ਉਹਨਾਂ ਅੱਖੀਂ ਵੇਖਿਆ ਹੀ ਨਹੀਂ, ਪੈਰੀ ਗਾਇਆ ਵੀ। ਪੰਜਾਬ ਦੀ ਸਕਾਫਤ ਦੇ ਮੁਹਾਂਦਰੇ, ਰਸਮ ਰਿਵਾਜ, ਅੰਗਾਂ ਸਾਕਾਂ ਦੇ ਮੇਲ ਵਿਹਾਰ, ਧਰਤੀ ਅਤੇ ਹਯਾਤੀ ਨਾਲ ਜੁੜੀਆਂ ਰੀਤਾਂ ਰਸਮਾਂ, ਪੇਸ਼ਿਆਂ ਨਾਲ ਜੁੜੀ ਲਫਾਜ਼ੀ, ਉਹਨਾਂ ਤੋਂ ਵੱਧ ਕੌਣ ਜਾਣਦਾ ਹੋਵੇਗਾ? ਨਿਜ਼ਾਮਦੀਨ ਨੂੰ ਪੰਜਾਬੀ ਜ਼ੁਬਾਨ ਅਤੇ ਬਿਆਨ ਦੋਨਾਂ 'ਤੇ ਹੀ ਅਬੂਰ ਹਾਸਲ ਸੀ। ਉਹ ਪੰਜਾਬ ਦੇ ਵਾਸੀ ਅਤੇ ਪੰਜਾਬੀ ਉਹਨਾਂ ਦੀ ਮਾਂ ਬੋਲੀ ਸੀ। ਉਹ ਲਫ਼ਜ਼ਾਂ 'ਤੇ ਸੁਨਿਆਰੇ ਸਨ, ਲਫ਼ਜ਼ਾਂ ਨੂੰ ਮੌਕੇ ਦੀ ਮੁਨਾਸਬਤ ਨਾਲ ਆਪਣੀ ਗੱਲ ਵਿੱਚ ਇੰਜ ਜੜਦੇ ਜਿਵੇਂ ਸੁਨਿਆਰਾ ਨਗੀਨਿਆਂ ਨੂੰ ਟੂੰਬਾਂ ਵਿੱਚ ਜੜ ਕੇ ਉਹਨਾਂ ਨੂੰ ਅਨਮੁਲਾ ਬਣਾ ਦਿੰਦਾ ਹੈ। ਉਹ ਬਖੂਬੀ ਜਾਣਦੇ ਸਨ ਕਿ ਕਿੱਥੇ ਸ਼ੇਰਾਂ ਦਾ ਟਾਂਕਾ ਲਾਉਣਾ ਹੈ, ਮੁਹਾਵਰਿਆਂ ਦੇ ਮੋਤੀ ਕਿਵੇਂ ਜੜਨੇ ਨੇ, ਅਖਾਣਾਂ ਦੀ ਹੁੱਕ ਕਿੱਥੇ ਲਾਉਣੀ ਹੈ,
माइए बोलियां दा सुहागा किन्ना पाउणा है, तंज दा खट्टा किन्ना वरतना है, मजा दी पालिश किन्नी करनी है, तां जे जेवर दी दख दूनी चौनी होवे ते हुसन दे सिंघार दा सबब बने। निजामदीन होरां नूं गल चों गल कढ़न ते गल करन दा वल आउंदा सी, सगों ओ गल बनाण दा हुनर वी जानदे सन। उन्हां अगे कोई मौजू हुंदा ओ फिलबदी ते मूंह जबानी बोलदे ही लगे जांदे ते अक्सर सां लैणा वी भुल जांदे सन। हासे वाली गल चों संजीदगी कढ़ना जानदे सन, संजीदा गल दी छान पटक इंज करदे पई दाणे ते तूड़ी वक वक करके रख देंदे। उन्हां नूं गुर आउंदा सी ਪਈ ਰੋਂਦਿਆਂ ਨੂੰ ਹਸਾਉਣਾ ਕਿਵੇਂ। ਉਹ ਇੱਕ ਬੰਦਾ ਸੀ ਕਰਫਿਊ ਲੱਗਾ ਤੇ ਬਾਹਰ ਮੰਜੀ ਡਾ ਕੇ ਸੁੱਤਾ। ਉਹ ਆਇਆ ਥਾਣੇਦਾਰ ਨਾਲ, ਉਹ ਗਸ਼ਤ ਵਾਲੇ ਸਿਪਾਹੀ ਨਾਲ ਉਹਦਾ ਹਮਲਾ। ਉਹਨੇ ਕਿਹਾ ਤੂੰ ਬਾਹਰ ਕਿਉਂ ਸੁੱਤਾ? ਉਹਨੇ ਕਿਹਾ ਜਨਾਬ ਫੇਰ ਕੀ ਆ, ਕਹਿੰਦਾ ਕਰਫਿਊ ਆ। ਉਹਨੇ ਕਿਹਾ ਵੀ ਚੱਲ ਥਾਣੇ। ਉਹਨੇ ਕਿਹਾ ਬਹੁਤ ਚੰਗੀ ਨਾਤ। ਉਹਨੇ ਕਿਹਾ ਜੀ ਮੈਂ ਮੰਜੀ ਨਾਲ ਲਿਜਾਣਾ। ਅਖੇ ਕਿਉਂ ਮੰਜੀ ਕੱਲ੍ਹ ਖੜਨੀ ਹੈ, ਤੂੰ ਚੱਲ। ਕਹਿੰਦਾ ਜੀ ਇਹ ਮੇਰੇ ਨਾਲ ਜੁਰਮ ਕਰਦੀ ਸੀ, ਇਹਨੂੰ ਵੀ ਫੜੋ। ਬਾਹਰ ਪਏ ਸੀ, ਬਾਹਰ ਮੇਰੇ ਨਾਲ ਸੀ, ਮੈਂ ਇਹਦੇ ਤੇ ਸੁੱਤਾ। ਉਹਨੇ ਕਹਿੰਦੇ ਆ ਬਕਵਾਸ ਨਾ ਕਰ, ਇਹਨੂੰ ਚੁੱਕ ਕੇ ਅੰਜੇ ਰੱਖ। ਉਹਨੇ ਕੀਤਾ ਚੁੱਕ ਕੇ ਮੰਜੀ ਅੰਦਰ ਰੱਖ ਲਈ, ਅੰਦਰ ਰੱਖ ਕੇ ਤੇ ਅੰਦਰੋਂ ਕੁੱਟਾ ਮਾਰ ਲਿਆ। ਉਹਨਾਂ ਕਿਹਾ ਬਾਹਰ ਰਹਿ ਗਿਆ, ਬਾਹਰ ਆਵੇ। ਉਹਨੇ ਕਿਹਾ ਕਿਉਂ ਜੀ? ਅਸੀਂ ਬਾਹਰ ਆ ਦਰ ਨਾਲ ਚੱਲ। ਕਹਿੰਦੇ ਜਨਾਬ ਬਾਹਰ ਕਰਫਿਊ ਲੱਗਾ, ਮਰਨਾ ਮੈਂ ਕੀ ਲੈਣਾ। ਉਹਨਾਂ ਅਮਲੀ ਜ਼ਿੰਦਗੀ ਨੂੰ ਬੜਾ ਹੀ ਨੇੜਿਓਂ ਵੇਖਿਆ। ਸਾਰਾ ਦਿਨ ਆਵਾਮ ਵਿੱਚ ਗੁਜ਼ਾਰਦੇ, ਆਮ ਲੋਕਾਂ ਨਾਲ ਮਿਲਦੇ, ਉਹਨਾਂ ਦੇ ਦੁੱਖ ਦਰਦ ਸੁਣਦੇ, ਸ਼ਾਮ ਨੂੰ ਜਦ ਉਹਨਾਂ ਦੇ ਮਸਲੇ ਬਿਆਨ ਕਰਦੇ ਤੇ ਉਹਨਾਂ ਦੀਆਂ ਗੱਲਾਂ ਵਿੱਚੋਂ ਸਦਾਕਤ ਦੀ ਮਹਿਕ ਆਉਂਦੀ ਤੇ ਹੱਕ ਸੱਚ ਡੁੱਲ ਡੁੱਲ ਪੈਂਦਾ। ਨਿਜ਼ਾਮਦੀਨ ਹੋਰਾਂ ਦੇ ਮੂੰਹੋਂ ਨਿਕਲਣ ਵਾਲੀਆਂ ਗੱਲਾਂ ਦਾ ਸੋਤਾ ਉਹਨਾਂ ਦੇ ਦਿਲ ਦੀਆਂ ਡੂੰਘਾਈਆਂ ਵਿੱਚੋਂ ਫੁੱਟਦਾ ਤੇ ਮੂੰਹੋਂ ਨਿਕਲਣ ਵਾਲੀ ਗੱਲ ਸੁਣਨ ਵਾਲਿਆਂ ਦੇ ਦਿਲਾਂ ਦੀਆਂ ਡੂੰਘਾਈਆਂ ਵਿੱਚ ਲਹਿੰਦੀ ਜਾਪਦੀ। ਉਹਨਾਂ ਦੀ ਤਨਕੀਦ ਤੇ ਨਸੀਹਤ ਸ਼ੂਕਰ ਕੋਟਡ ਹੁੰਦੀ, ਜਿਹੜੀ ਸੁਣਨ ਵਾਲਿਆਂ ਤੇ ਚੋਖਾ ਅਸਰ ਕਰਦੀ। ਜ਼ੁਬਾਨ ਦੀ ਅਮੀਰਤਾ ਲੋਕ ਅਦਬ, ਅਖਾਣਾਂ ਤੇ ਮੁਹਾਵਰਿਆਂ ਚੋਂ ਪਹਿਚਾਣੀ ਜਾਂਦੀ। ਜ਼ੁਬਾਨ ਦਾ ਹੁਸਨ ਲੋਕ ਗੀਤਾਂ, ਮਾਈਏ ਬੋਲੀਆਂ ਵਿੱਚ ਹੁੰਦਾ ਹੈ। ਨਿਜ਼ਾਮਦੀਨ ਆਪਣੀ ਗੱਲ ਵਿੱਚ ਜਦ ਰਵਾਨੀ ਨਾਲ ਅਖਾਣਾਂ ਤੇ ਮੁਹਾਵਰਿਆਂ ਦਾ ਇਸਤੇਮਾਲ ਕਰਦੇ ਤੇ ਉਹਨਾਂ ਦੀਆਂ ਗੱਲਾਂ ਸੁਣਦਿਆਂ ਹੀ ਕੰਨਾਂ ਵਿੱਚ ਟੱਲੀਆਂ ਜਿਹੀਆਂ ਵੱਜਣ ਲੱਗ ਪੈਂਦੀਆਂ। ਅਖਾਣਾਂ ਨੂੰ ਸਿਆਣਪ ਦੇ ਨਗੀਨੇ ਕਿਹਾ ਜਾਂਦਾ ਹੈ। ਇਹਨਾਂ ਵਿੱਚ ਲੁਕੀ ਅਟਲ ਸੱਚਾਈ, ਹਕੀਕਤ ਤੇ ਤਜਰਬਿਆਂ ਦੀ ਲੋ, ਹਯਾਤੀ ਦੀਆਂ ਹਨੇਰੀਆਂ ਰਾਹਾਂ ਤੇ ਚਾਨਣ ਖਿਲਾਰਦੀ ਲੱਗੀ ਜਾਂਦੀ। ਉਹ ਅਖਾਣਾਂ ਦੀ ਉਂਗਲ ਫੜਾ ਕੇ ਅਕਲ ਦੀਆਂ ਰਾਹਾਂ ਤੇ ਟੁਰਨ ਦਾ ਵੱਲ ਸਿਖਾਉਂਦੇ। ਨਿਜ਼ਾਮਦੀਨ ਉਹਨਾਂ ਦੀਆਂ ਅੱਖਾਂ ਦਾ ਆਪ ਚਾਨਣ ਬਣ ਜਾਂਦੇ, ਜਿਹੜੇ ਹੱਕ ਸੱਚ ਦੇ ਮਤਲਾਸ਼ੀ ਹੁੰਦੇ। ਸਿਆਣੀ ਹੋ ਜਾ ਤੇ ਉਹ ਸਿਆਣੀਆਂ ਬੁੜੀਆਂ ਜਿਹੜੀਆਂ ਸੌ ਜਿੱਕੂ ਪਹਿਲਾਂ ਤੇ ਜ਼ਮਾਨੇ ਸੀ ਨਾ, ਕਿ ਜਦੋਂ ਨੂੰਹ ਕੁਆਰੀ ਸੱਸ ਗਲੀਆਂ ਉੱਤੋਂ ਵਾਰੀ, ਜਦੋਂ ਨੂੰਹ ਆਈ ਬੂਹੇ ਸੱਸ ਡੁੱਬਣ ਲੱਗੀ ਖੂਹੇ। ਵਾਹ! ਅੱਛਾ, ਉਹ ਇਹ ਜ਼ਮਾਨੇ ਦੇ ਨਾਲ ਨਾਲ ਜੱਗ ਤੇ ਵੇਖੋ ਨਾ, ਦੁਕਾਨਦਾਰੀ ਨਰਮ ਦੀ ਜੀ ਦਾਰੀ ਕਰਨੀ ਹੈ, ਬੇਸ਼ੱਕ ਨਰਮੈਸ਼ ਨਾਲ ਗਾਹਕ ਨੂੰ ਸੌਦਾ ਵੇਚਣਾ ਹੈ। ਮੈਂ ਅੱਗੇ ਜਿਹੜੀ ਗੱਲ ਦੱਸੀ ਹੈ, ਦੁਕਾਨਦਾਰੀ ਨਰਮ ਦੀ, ਉਗਰਾਹੀ ਵੀ ਸ਼ਰਮ ਦੀ। ਚੰਦਾ ਲੈਣ ਯੋਗ ਹੈ ਜੀ, ਚੰਦਾ ਚਾਹੀਦਾ ਜੀ, ਪਿੰਡ ਦੀਆਂ ਗਲੀਆਂ ਬਣਾਉਣੀਆਂ, ਮਸੀਤ ਬਣਾਉਣੀ ਆ, ਪੁਰਾਣਾ ਕੰਮ ਕਰਨਾ, ਉਹ ਜਿਹੜਾ ਕਿਹੜਾ ਹੋਇਆ ਉਹਨੇ ਗੁਆਖਣਾ, ਉਹ ਤੁਸੀਂ ਆਪ ਖਾ ਜਾਓਗੇ, ਉਹ ਤੁਸੀਂ ਇਹ ਕਰ ਦੋਗੇ, ਉਹ ਗੱਲਾਂ ਸੁਣਨੀਆਂ ਪੈਣੀਆਂ। ਦੁਕਾਨਦਾਰੀ ਨਰਮ ਦੀ, ਉਗਰਾਹੀ ਬਿਸ਼ਰਮ ਦੀ, ਪਾਈ ਵਾਲੀ ਧਰਮ ਦੀ, ਦਿਲ ਕਾਇਮ ਰੱਖੇ ਜੀ, ਕੁੜਮਾਚਾਰੀ ਸ਼ਰਮ ਦੀ। ਨਿਜ਼ਾਮਦੀਨ ਦੀ ਯਾਦਾਸ਼ ਬਲਾ ਤੇ ਹਾਜ਼ਰ ਜਵਾਬੀ ਕਮਾਲ ਦੀ ਸੀ। ਉਹਨਾਂ ਨੂੰ ਇਹ ਸਭ ਕੁਝ ਵਿਰਾਸਤ ਵਿੱਚ ਮਿਲਿਆ। ਮੈਂ ਬੈਠਾ ਸੀ, ਟੈਲੀਫੋਨ ਆ ਗਿਆ, ਮੈਂ ਚੁੱਕ ਲਿਆ, ਗੱਲਾਂ ਜੋ ਪਿਆ ਭੌਂਕੇ, ਮੈਂ ਚੁੱਕ ਲਿਆ ਤੇ ਉਹ ਅੱਗੋਂ ਇੱਕ ਜਨਾਨੀ ਬੋਲੀ, ਹੈਲੋ ਕਿੱਥੋਂ ਬੋਲਦੇ ਹੋ? ਮੈਂ ਬੀਬੀ, ਮੈਂ ਤੇ ਜਦੋਂ ਦਾ ਜੰਮਿਆ ਮੂੰਹ ਚੋਂ ਪਿਆ ਬੋਲਣ। ਕਹਿੰਦੀ ਜੀ ਇਹ ਜਗ੍ਹਾ ਕੌਣ ਸੀ ਹੈ? ਮੈਂ ਜੀ ਇਹ ਫਲਾਣਾ ਸਿਨੇਮਾ ਹੈ। ਕਹਿੰਦੀ ਯਹਾਂ ਨੁਸਰਤ ਸਾਹਿਬ ਹੈ। ਮੈਂ ਜੀ ਉਹਨੇ ਤਸਵੀਰ ਹੈਗੀ ਹੈ ਬਰਾਂਡੇ ਚ, ਉਹ ਆਪ ਤੇ ਨੀ ਹੈਗੀ। ਕਹਿੰਦੀ ਉਹ ਕਹਾਂ ਹੋਊਗੀ? ਮੈਂ ਜੀ ਮੈਂ ਉਹਨਾਂ ਦਾ ਬਿਸਤਰਾ ਕਰਨਾ, ਉਹਨਾਂ ਮੈਨੂੰ ਕੀ ਪਤਾ ਕਹਾਂ ਹੋਊਗੀ। ਕਹਿੰਦੀ ਆਪ ਬੜੇ ਬਦਤਮੀਜ਼ ਹੈ। ਮੈਂ ਜੀ ਮੇਰਾ ਨਾਂ ਕਿਹਨੇ ਦੱਸਿਆ ਤੁਹਾਨੂੰ? ਬਹੁਤ ਅੱਛਾ ਜਵਾਬ ਦਿਆ, ਕਿਆ ਨੰਬਰ ਆਪਕਾ? ਮੈਂ ਕਿਹਾ ਜੀ ਮੈਂ ਕੋਲ ਆ ਰਹੀ ਹੈ, ਮੇਰਾ ਕਿੱਥੇ ਟੈਲੀਫੋਨ ਦਾ ਪੁੱਛੋ ਤੇ ਮੈਂ ਦੱਸ ਦਿੰਦਾ। ਸੋ ਇਹ ਕੁਦਰਤ ਵੱਲੋਂ ਹੀ ਹੁੰਦਾ ਰਿਹਾ ਹੈ ਕਿ ਮੇਰੀ ਜ਼ਿੰਦਗੀ ਇਸ ਤਰ੍ਹਾਂ ਹੀ ਗੁਜ਼ਰ ਗਈ। ਤਾਂ ਦੇਖੋ ਜੀ, ਗੁਜ਼ਾਰਿਸ਼ ਹੈ ਕਿਸੇ ਬੰਦੇ ਨੂੰ ਜੋ ਤੁਹਾਡੀ ਮਰਜ਼ੀ ਗੱਲ ਕਹਿ ਦਿਓ, ਉਹ ਬੁਰਾ ਨਹੀਂ ਮਨਾਏਗਾ ਅਗਰ ਤੁਹਾਡੀ ਨੀਅਤ ਚ ਫਤੂਰ।
बड़े मान नाल आखदे सन पई किसे नूं ए फखर नहीं कि मेरा उस्ताद। उन्हां 13 साल पंजाबी अदब पढ़िया, उन्हां नूं हजारों शेर ते अखान जुबानी याद सन। हाजर जवाबी दा ए आलम सी कि बंदा गल मुंहों पिछों कढ़दा ते ओ जवाब पहला दे दिंदे। एक वारी किसे वड्डे अफसर आखिया, निजामदीन तुसी ते लभदे नहीं, हुण असीं ताड़ी तस्वीर लुआ के रख लैणी है। कहण लगे तुसी साहिबे इख्तियार हो, पावे खल लवा लो, मैं कोई मुकरना। जंग होवे या अम, रेडियो ते अपनी बसात तों वध के किरदार अदा कीता। जंग दे दिनां विच रेडियो ने मिली नगमियां तरानियां ते दूजे प्रोग्रामां राहीं खिदमत दा हक अदा कीता। इत्थे भी निजामदीन दियां खिदमतां नूं नहीं भुलाया जा सकता, जिहड़ा जोश ते वलवला उन्हां दियां गल्लां राहीं फौजी जवानां दे दिलां ते अपड़दा रहा, ओह उन्हां दा ही काम सी। मुहाज ते लड़दियां मुजाहिदां दा लहू गरमाना या उन्हां तीक सुनेहा पहुँचाना, एक काम उन्हां ईमानी ते कौमी जज्बे नाल कीता। जंग दे दिनां विच ओ आप सारा दिन मुख्तलिफ महाजां ते जा के खबरां कट्ठियां करदे तां जे अपनियां गल्लां विच सदाकत दा रंग भर सकण। उन्हां भारतीयां नूं चैलेंज दिता भई कोई भारती रेडियो ते आ के मेरे वांग दुद्ध पुत दी सौं खा के आखे जो कहांगा सच कहांगा। कदी मैं लुलियाणी हाँ, कदी मैं हुसैनी वाले हाँ, कदी मैं छंभ जौड़ियां फिरना, कदी मैं सियालकोट चविंडे मोर्चियां दे विच बैठा ते शाम नूं आके प्रोग्राम करना। मैं रेडियो दे उत्ते जिंदगी च पहली बारी मैं क्या मैनूं सौए दुद्ध पुत दी सौं खादी सी। मैं क्या कोई सारे भारत चो निकल के रेडियो ते आके दुद्ध पुत्र दी सौं खावे कि मैं जो कहांगा सच कहांगा। और मैं अल्लाह दे फजलो करम नाल हर एक चीज अपनी अखां नाल वेखी आ। उस वेले जो जज्बा सी ना, यानी तुसी सुन के हैरान होगे कि 17 दिन लाहौर दी तारीख च जेब तराशी चोरी लड़ाई अगवा बुरे किसे होर गल दा परचा नहीं होया। इन्हें मिसाल नहीं मिलती 27 साल की कि 17 दिन परचा नहीं होया। है जी, तो यह जज्बा जिहड़ा ना अज भी उस तरह कौम च मौजूद हुंदा, अज भी उस तरह कौम च मौजूद आ। सिर्फ यह कि उन्हें जगाउण दी लोड़ हुंदी। निजामदीन वर्गे सुचे ते उच्चे फनकार सदियां पिछों जमदे ने, पूरा टिल ला के भी कोई निजामदीन नहीं बन सकता। जे कोई अपना नां निजामदीन रख भी लवे ते उन्हां वर्गे गुण कित्थों लियावेगा। ए मुल नहीं लभदे बल्कि रब दी देन। ड्रामे नीयत दा फल तों कुदरत उन्हां नूं नीयत दा ऐसा फल लाया जिस दा कोई बदल अज तक पैदा नहीं हो सकिया। वड्डे वड्डे फनकार आए ते टुर गए पर हुण तक कोई उन्हां दी तूर नूं भी नहीं अपड़ सकिया। निजामदीन गल्लां राहीं रोंदियां नूं हसान ते हसदियां नूं रुलाण दा गुर जाणदे सन। उन्हां दा इस गल ते यकीन सी कि मिजाज ते तंज दा मुढ़ला असूल यह होना चाहिए कि उहदे नाल किसे दा दिल ना दुखे। जिस मिजाज नूं सुनण वाला रंजीदा हो जाए वह मिजाज नहीं, वह फक्कड़पन हुंदा। उन्हां दी गलबात तंज ते मिजाज नाल भरी हुंदी, मजा ऐसा कि रोंदियां नूं भी हासा आ जांदा। उन्हां दे तंज दा वड्डा कमाल ए सी कि जिस ते तंज करदे ओह भी सुन के हस पैंदा। दुनिया भर नूं हासे वंडण वाला ए गुनी फनकार सदाकारी दे जहान दा सुल्तान 3 जुलाई नूं मना मिट्टी ओढ़ के गूढ़ी नींदर जा सुता, जिस तों अज तक कोई नहीं जागया। नहीं लभणे लाल गवाचे मिट्टी ना फरोल जोगी। पीर दा जिसले आखरी वक्त आउंदा ते उसले दा एक नक्शा खिंचिया की सी आप फरमाउंदे ने, ओ बीबीर नू कट के विच डोली ते वेखो ले चलने वारो सामईन। हुने तुसी निजामदीन होरां दी याद इच एक खसूसी फीचर सुनिया, नई लबने लाल गुआचे। ऐ लिखत सी डॉक्टर अब्दुल रजाक शाहिद होरां दी, सदाकार सन इनामुला खान ते डॉक्टर अब्दुल रजाक शाहिद, प्रोड्यूसर सन हाफिज नवीद असलम। ऐ पेशकश सी रेडियो पाकिस्तान लाहौर दी।
जेठ मीते स्याल विच वामदी निकतक मां विच मनां अनेरियां नी रोना व्या विच गां।